ਤਨਖਾਹ ਕਿਹੜੀ ਗੱਲ ਦੀ ਲੈਣਾ ਗੱਲਾਂ ਕਰਨ ਦੀ ਦੁੱਧ ਚੋਣ ਦੀ ਲੈਣਾ ਅੱਖਾਂ ਨੀਵੀਆਂ ਕਰ ਤੇ ਉਹ ਆਪਣਾ ਬਣਾ ਕੀ ਆਕੜ ਕੀ ਮਾਇਆ ਲੱਗੀ ਮੈਨੂੰ ਤੈਨੂੰ ਮੈਂ ਬੂਹੇ ਤੇ ਬੰਨ ਦਿਆਂ ਤੇ ਬਹੁਤਾ ਚੰਗਾ ਲੱਗੇਗਾ ਤੂੰ ਕੁੱਤੀ ਚੱਲੀ ਕਿਤੇ ਮੈਨੂੰ ਕਾਹਤੋਂ ਬੰਨਣਾ ਤੂੰ ਮੈਂ ਸ਼ੇਵ ਕਰਾ ਲਾਂ ਫਿਰ ਮੇਰੇ ਨਾਲ ਵੀ ਇਦਾਂ ਹੀ ਬੋਲਿਆ ਕਰੇਗਾ ਯਾਰ ਮੈਨੂੰ ਤੇ ਵੱਡਣ ਨੂੰ ਪੈਣਾ ਉਸਤਾਦ ਔਰਤ ਆਈ ਹੈ ਤੇ ਫੌਰੀ ਆਪ ਕਰੇ ਮਸਲਨ ਖਾਨ ਸਾਹਮਣੇ ਲੱਗਾ ਇੱਥੇ ਆਪ ਕੁਛ ਕਰਦਾ ਨਹੀਂ ਸਾਰੀ ਦਿਹਾੜੀ ਉੱਥੇ ਮੰਜੀ ਢਿੱਲੀ ਕਰਦਾ ਰਹਿੰਦਾ ਵਾ ਤੇ ਮੇਰੇ ਸਿਰ ਆਉਂਦਾ ਸੋਹਣੀ ਜੁੱਤੀ ਕੱਪੜਾ ਪਾ ਕੇ ਬੈਠਾ ਰਹਿੰਦਾ ਤੂੰ ਤੇ ਥੱਲੇ ਹੋਇਆ ਮੈਨੂੰ ਅੱਲਾ ਦੀ ਕਸਮੇ ਡਰ ਲੱਗਦਾ ਪਈ ਕੀ ਆ ਉਹ ਤੇ ਸਿਰ ਉਹ ਜਿਹੜਾ ਬੈਠਾ ਉੱਥੇ ਲੱਤ ਤੇ ਲੱਤ ਰੱਖ ਕੇ ਮੁੱਛਾਂ ਦੇ ਕਿੰਨੇ ਮਾਮੇ ਠਾਕੁਰ ਵਾਲੀਆਂ ਰੱਖੀਆਂ ਬਸ ਅੱਲਾ ਗੱਲ ਹੋ ਗਈ ਕੁਛ ਵੀ ਨਹੀਂ ਮੈਂ ਸੁਣ ਰਿਹਾ ਤੂੰ ਵਾਦਾ ਤੇਰੀਆਂ ਨਹੀਂ ਸਾਹਿਬ ਜੀ ਆਪਾਂ ਕੁਛ ਕਹਿ ਸਕਦੇ ਤੁਹਾਨੂੰ ਕੰਮ ਤੇਰੇ ਕੋਲ ਹੁੰਦਾ ਨਹੀਂ ਧਾਰ ਤੇਰੇ ਕੋਲ ਮਸਾਂ ਪੇ ਨਿਕਲਦੀ ਏ ਕੁਛ ਖਾਣ ਨੂੰ ਦਊਂਗੇ ਤੇ ਜ਼ੋਰ ਆਏਗਾ ਬਾਹਾਂ 'ਚ ਤੇ ਜਿਹੜੀ ਤਨਖਾਹ ਲੈਣਾ ਕਿੱਥੇ ਜਾਂਦੀ ਪਈ ਘਰ ਨਹੀਂ ਕੁਛ ਦੇਣਾ ਕਿੰਨੀ ਦਿੰਦੇ ਤੁਸੀਂ ਭਲਾ ਤੂੰ ਮਾਂ ਪਿਓ ਦਾ ਇਕੱਲਾ ਇਕੱਲਾ ਪੁੱਤ ਏ ਇਕੱਲਾ ਇਕੱਲਾ ਪੁੱਤ ਬਾਲਕ ਸਾਹਿਬ ਨੇ ਤੇਰੇ 11-12 ਬਾਲ ਜੰਮੇ ਨੇ ਤੈਨੂੰ ਪਤਾ ਮੇਰੀ ਘਰ 'ਚ ਇੱਜ਼ਤ ਨਹੀਂ ਹੈ ਕੋਈ ਛੋਟਾ ਭਰਾ 22,000 ਦਿੰਦਾ ਵਾ ਤੁਸੀਂ 7,000 ਦੇ ਕੇ ਇੱਥੋਂ ਟਰਕਾ ਦਿੰਦੇ ਮੈਨੂੰ ਤੇਰੀ ਘਰ ਇੱਜ਼ਤ ਨਹੀਂ ਤੇ ਮੈਂ ਤੈਨੂੰ ਕਿਉਂ ਦਾ ਕੰਮ ਕੁੰਮ ਵੀ ਕਰਿਆ ਕਰ ਗੱਲਾਂ ਤੂੰ ਜ਼ਮਾਨੇ ਜਾਣਦੀਆਂ ਝਾੜ ਲੈਂਦਾ ਇਹਨੂੰ ਕੁਛ ਖਵਾਇਆ ਪਿਆਇਆ ਵੀ ਕਰੋ ਦੁੱਧ ਦੀ ਥਾਂ ਤੇ ਇਹਦਾ ਲੱਗਦਾ ਨਜ਼ਲਾ ਆ ਰਿਹਾ ਮੈਂ ਡੇਲੀ ਵੇਖ ਰਿਹਾ ਵਾਂ ਕਿ ਜਦੋਂ ਘਰ ਦੁੱਧ ਜਾਂਦਾ ਵਾ ਨਾ ਤੇ ਪਹਿਲਾਂ ਤੂੰ ਥੋੜ੍ਹਾ ਦੇ ਰਿਹਾ ਜਦੋਂ ਦਾ ਤੈਨੂੰ ਰੱਖਿਆ ਉਦੋਂ ਦੁੱਧ ਮੱਝ ਕੱਟ ਦੇਣ ਲੱਗ ਪਈ ਏ ਹੌਲੀ ਕਰ ਹੌਲੀ ਗੁੱਸਾ ਕਰ ਰਹੀ ਏ ਉਹ ਤੇਰੇ ਕੰਨ 'ਚ ਦੱਸਤਾ ਉਹਨੇ ਉਹ ਵੇ ਉਸਤਾਦ ਆਪ ਤੋਂ ਝੋਲਾ ਤਨਖਾਹ ਕਿਹੜੀ ਗੱਲ ਦੀ ਲੈਣਾ ਗੱਲਾਂ ਕਰਨ ਦੀ ਦੁੱਧ ਚੋਣ ਦੀ ਲੈਣਾ ਅੱਖਾਂ ਨੀਵੀਆਂ ਕਰ ਤੇ ਉਹ ਆਪਣਾ ਬਣਾ ਯਾਰ ਜੇ ਏਡਾ ਹੀ ਤੈਨੂੰ ਦੁੱਧ ਚੋਣ ਦਾ ਪਤਾ ਹੋਣਾ ਤੇ ਮੈਨੂੰ ਕਾਹਤੋਂ ਰੱਖਿਆ ਤੂੰ ਤੂੰ ਕੰਮ ਕਰਨਾ ਹੈ ਕਿ ਨਹੀਂ ਯਾਰ ਕੰਮ ਹੀ ਕਰ ਰਿਹਾ ਵਾਂ ਹੋਰ ਮੈਂ ਮੈਸੇਜ ਕਰ ਰਿਹਾ ਕਿਸੇ ਨੂੰ ਤੇਰੀ ਜਗ੍ਹਾ ਮੈਂ 4 ਬੰਦੇ ਹੋਰ ਰੱਖੇ ਹੁੰਦੇ ਨਾ ਤੇ ਹੁਣ ਨੂੰ ਯਕੀਨ ਬੜਾ ਕੁੱਟਣਾ ਸੀ ਉਹਨਾਂ ਨੇ ਤੁਹਾਨੂੰ ਕਿਉਂਕਿ ਉਹ 4 ਸੀ ਉਹ 8,000 ਚ ਕਿਹੜੇ 4 ਆ ਜਾਣੇ ਆ ਮਹਿੰਗਾਈ ਦਾ ਨਹੀਂ ਪਤਾ ਤੈਨੂੰ ਤੈਨੂੰ ਪਤਾ ਮੇਰੀਆਂ ਮੱਝਾਂ ਵੀ ਬਹੁਤ ਕੁੱਟਦੀਆਂ ਕਰ ਓ ਯਾਰ ਆਪ ਝੋਲਾ ਤੂੰ ਐਲਾ ਫੜ ਆਪ ਝੋਲਾ ਤੂੰ ਮੇਰਾ ਦਿਮਾਗ ਖਾਂਦਾ ਰਹਿਣਾ ਅੱਜ ਆਉਂਦੇ ਵੱਡੇ ਚੋਰੀ ਨੂੰ ਗੱਲਾਂ ਥੋੜੀਆਂ ਕਰ ਪੁੱਤ ਤੇ ਚੱਲ ਦੁੱਧ ਚੋ ਚੱਲ ਉਹਨੇ ਮੈਂ ਨਹੀਂ ਝੋਣਾ ਯਾਰ ਤੁਹਾਡੇ ਕੋਲ ਤਨਖਾਹ ਲੈਣੇ ਕਿ ਬਿਜਤੀ ਕਰਾਉਣ ਆਉਂਦੇ ਅਸੀਂ ਇੱਥੇ ਫਿਰੇ ਮੈਂ ਉਹਦਾ ਥੰਨ ਫੜ ਕੇ ਨਾ ਤੇ ਗੋਲੀ ਮਾਰ ਦੇਣੀ ਐਵੇਂ ਕਰਕੇ ਯਾਰ ਤੁਸੀਂ ਬੋਲੋ ਜਾਂ ਉਹਨੂੰ ਬੋਲ ਲੈਣ ਦਿਓ ਯਾਰ ਕਮਲ ਧਿਆਨ ਦੇ ਕਿਉਂ ਨਹੀਂ ਨਾਲ ਗੋਲੀ ਥੰਨ ਲੋ ਮਾਰਨੀ ਲਾਇਸੈਂਸ ਬਣਿਆ ਥੰਨ ਦਾ ਮੈਂ ਫੜਾ ਦੇਣਾ ਤੈਨੂੰ ਉਸਤਾਦ ਐਡਾ 32 ਬੋਰ ਥਣ ਲਈ ਫਿਰਦਾ ਤੂੰ ਤੇਰੀ ਪੂਰੇ ਸਾਲ ਦੀ ਤਨਖਾਹ ਕੱਟੀ ਤੂੰ ਥਣ ਬੜੀ ਜ਼ੋਰ ਦੀ ਘੁੱਟਿਆ ਉਹਦਾ ਕੀ ਹੋ ਗਿਆ ਨਿਸ਼ਾਨ ਪੈ ਗਿਆ ਉਹਦੇ ਥਣ ਤੇ ਇਹ ਨਿਸ਼ਾਨ ਨਾ ਵੀ ਪੈਣ ਲੇਕਿਨ ਪਿਆਰ ਨਾਲ ਮੁਹੱਬਤ ਨਾਲ ਸੌਫਟਨੈਸ ਨਾਲ ਮੱਝ ਦੀ ਚੀਕ ਸੁਣ ਲਈ ਆ ਮਸਲਨ ਮੈਂ ਕਿੰਨਾ ਕੁ ਘੁੱਟ ਕੇ ਫੜ ਲਿਆ ਹੁਣ ਉਹ ਚੀਖੇ ਤੇ ਤਾਂ ਪਤਾ ਲੱਗਣਾ ਏਡੀ ਉਹ ਆਪਣਾ ਔਰਤਾਂ ਰੱਖ ਲਈਏ ਇਹਨਾਂ ਨੂੰ ਚੋਣ ਲੈ ਮੱਝ ਦਾ ਵੀ ਦਿਲ ਹੁੰਦਾ ਹੈ ਤੇ ਮੱਝ ਦਾ ਤੇ ਦਿਲ ਹੁੰਦਾ ਵਾ ਉਹਦਾ ਥਣ ਵੀ ਹੁੰਦਾ ਚੋਣ ਲੈ ਚੱਲ ਕੰਮ ਕਰ ਬਹੁਤੀਆਂ ਗੱਲਾਂ ਨਾ ਕਰ ਪੈਣ ਪੋਲੇ ਨਾਲ ਕੁਛ ਵੀ ਨਹੀਂ ਨਿਕਲਣਾ ਪੋਲੇ ਹੱਥ ਨਾਲ ਜਿੱਦਾਂ ਤੁਸੀਂ ਕਹਿ ਰਹੇ ਚੱਲ ਕੋਈ ਗੱਲ ਨਹੀਂ ਆਪਣਾ ਤੂੰ ਫਿਰ ਘਰ ਜਾ ਚੱਲ ਤੈਨੂੰ ਅੱਜ ਤੋਂ ਬਾਅਦ ਕੰਮ ਤੇ ਨਹੀਂ ਰੱਖਣਾ ਯਾਰ ਇਹ ਕੋਈ ਗੱਲ ਨਹੀਂ ਹੁੰਦੀ 15 ਦਿਨ ਹੋਏ ਆ ਜੇ ਮੈਨੂੰ ਤੇ 15 ਦਿਨ ਅਗਲੇ ਰਹਿੰਦੇ ਆ ਮੈਨੂੰ ਮਹੀਨਾ ਪੂਰਾ ਕਰ ਲੈਣ ਦੋ ਫਿਰ ਮੈਂ ਨਹੀਂ ਰਹਿਣਾ ਇੱਥੇ ਉਹ ਮਹੀਨਾ ਪੂਰਾ ਮੇਰਾ ਆਪਣਾ ਬਿਜ਼ਨਸ ਤਬਾਹ ਹੋ ਜਾਏ ਕਿਹੜਾ ਬਿਜ਼ਨਸ ਗੋਇਆ ਇੰਪੋਰਟ ਕਰਦਾ ਤੂੰ ਮੈਂ ਤੈਨੂੰ ਇੰਪੋਰਟ ਕਰਕੇ ਦਿਖਾਉਣਾ ਤੇ ਤੈਨੂੰ ਮੈਂ ਦੁੱਧ ਵੀ ਚੋ ਕੇ ਦਿਖਾਉਣਾ ਸੈਨੀ ਆ ਮੇਰਾ ਭਰਾ ਇੱਥੇ ਆ ਤੈਨੂੰ ਦੇਖ ਚੌਧਰੀ ਸਾਹਿਬ ਕਿਵੇਂ ਦੁੱਧ ਚੋਂਦੇ ਵੇ ਜ਼ਰਾ ਬਹੁਤਾ ਤੂੰ ਚੌਧਰੀ ਬਣੇ ਉਹਨੇ ਤੇ ਚੋ ਹੀ ਲੈਣਾ ਮੇਰੇ ਨਾਲ ਲੱਗਦੀ ਆ ਉਹਦੀ ਆਪਣੇ ਅੰਦਰ ਰਾਜ ਦੀ ਰੱਖ ਜਿਵੇਂ ਮੱਝ ਦੇ ਅੰਦਰ ਰਾਜ ਸੀ ਆਕੜ ਵੇ ਆਪਣੀ ਕੀ ਆਕੜ ਕੀ ਮਾਇਆ ਲੱਗੀ ਮੈਨੂੰ ਤੈਨੂੰ ਮੈਂ ਬੂਹੇ ਤੇ ਬੰਨ ਦਿਆਂ ਤੇ ਬਹੁਤਾ ਚੰਗਾ ਲੱਗੇਗਾ ਤੂੰ ਕੁੱਤੀ ਚੱਲੀ ਕਿਤੇ ਮੈਨੂੰ ਕਾਹਤੋਂ ਬੰਨਣਾ ਤੂੰ ਆਵੇ ਆਹ ਦੇਖ ਇਦਾਂ ਚੋਈਦਾ ਇਦਾਂ ਚੋਈਦਾ ਓਏ ਉਹ ਤੇ ਮੇਰਾ ਮੁਖਾਲਫ ਆ ਉਹ ਮੁਖਾਲਫ ਆ ਤੇ ਤੂੰ ਵੀ ਉਹਦੇ ਮੁਖਾਲਫਤ ਦੇ ਵਿੱਚ ਅੱਛਾ ਦੁੱਧ ਚੋ ਨਾ ਫੇ ਤੈਨੂੰ ਉਲਾਮਾ ਆ ਜਾਣਾ ਕਿ ਇਹਨੇ ਸਖਤ ਹੱਥ ਨਾਲ ਤੂੰ ਚੋਇਆ ਵਾ ਉਹ ਦੇਖ ਪਿਆਰ ਨਾਲ ਬਕਵਾਸ ਵੀ ਉਹ ਪਿਆਰ ਨਾਲ ਗਜ਼ਲ ਲਾ ਲਿਆ ਕਰਾਂ ਉਹਨੂੰ ਚੋਣ ਲੱਗਿਆ ਕੀ ਪਿਆਰ ਨਾਲ ਯਾਰ ਤੂੰ ਹਰ ਗੱਲ ਦਾ ਉਲਟਾ ਜਵਾਬ ਕੰਮ ਕਰਨਾ ਤਨਖਾਹ ਵੀ ਤੂੰ ਲੈਣਾ ਆਕੜ ਵੀ ਤੇਰੇ ਵਿੱਚ ਗੱਲਾਂ ਵੀ ਤੂੰ ਕਰੀ ਜਾਂਦਾ ਵੇ ਆਕੜੀ ਮੈਂ ਜਾਣਾ ਤਨਖਾਹ ਮੇਰੇ ਕਜ਼ਨ ਨੂੰ ਦੇ ਦੇ ਤੇ ਮੈਨੂੰ ਹੀ ਦੇਣੀ ਤਨਖਾਹ ਕੰਮ ਕੌਣ ਕਰਦਾ ਮੈਂ PhD ਕਾਮਾ ਰੱਖਿਆ ਆਪਣਾ ਯਾਰ ਨਹੀਂ ਉਸਤਾਦ ਇਹ ਕੋਈ ਗੱਲ ਨਹੀਂ ਹੁੰਦੀ ਤੂੰ ਬੀਕਨ ਹਾਊਸ ਤੋਂ ਚੋਣਾ ਸਿੱਖ ਕੇ ਆਇਆ ਮਤਲਬ ਕੀ ਤੇਰੀ ਮੈਂ ਇੱਜ਼ਤ ਕਰਾਂ ਮੈਨੂੰ ਆਪਾਂ ਨਾ ਇਕੱਠੇ ਹੀ ਟਾਟ ਤੇ ਪੜੇ ਆ ਬਹਿ ਕੇ ਤੇ ਜੇ ਅੱਜ ਮਾਲਕ ਨੇ ਤੁਹਾਨੂੰ 10-20 ਮੱਝਾਂ ਦੇਤੀਆਂ ਨਾ ਤੇ ਏਡੀ ਕੋਈ ਗੱਲ ਨਹੀਂ ਹੈ ਮੇਰੇ ਇਸ ਟਾਈਮ 4 ਕਾਮੇ ਕੈਨੇਡਾ ਭੇਜਤੇ ਮੈਂ ਨਹੀਂ ਕੈਨੇਡਾ ਕੀ ਭੇਜਤੇ ਆ ਮੱਝ ਚੋਣ ਦੇ ਵੀਜ਼ੇ ਤੇ ਭੇਜਤੇ
तेरी जबान बंद कोई नहीं होनी। उस्ताद गल सुन मेरी, आप बचपन दे यार, अज तू मसलन के थोड़ा के साडे नाल औखा हो के बोल रहे ना, तो वक्त सदा नहीं रेंदे, सदा नहीं मजां चोईयां जांदियां। चल ठीक है जा, तू भी आ जाना शामे आ यार ना, ये कपड़े ला दे मेरे अपना परसों ही तेनू दिते ने। आ गया ना तू उसे गल ते, देख 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 प्यार नाल सॉफ्टनेस नाल। ਉਹ ਮੈਂ ਉਹਦੇ ਨਾਲ ਕੱਲ ਤੇ ਲੜਾਈ ਹੋਈ ਆ, ਕੀ ਦੇਖਾਂ ਇਸੇ ਗੱਲ ਤੋਂ ਕਿ ਮੇਰੇ ਵੱਲ ਦੇਖਦਾ ਤੂੰ ਕਿਦਾਂ। ਮੇਰੀਆਂ ਸਾਰੀਆਂ ਮੱਝਾਂ ਰੋਜ਼ ਰਾਤ ਨੂੰ ਇਹਦੇ ਗੀਤ ਗਾ ਕੇ ਸੁਣਦੀਆਂ, ਇਹਦੇ ਇੰਨਾ ਪਿਆਰ ਕਰਦਾ ਤੇ ਮੱਝਾਂ ਇਤਨਾ ਪਿਆਰ ਇਹਨੂੰ ਕਰਦੀਆਂ ਨੇ। ਇਹ ਗੱਲ ਗਲਤ ਆ, ਵਿਚੋਲਾ ਪਾ ਲਓ ਵਿੱਚ, ਇਹਦੇ ਗੀਤ ਗਾ ਕੇ ਸੁਣਦੀਆਂ। ਐਡੀਆਂ ਨੂਰ ਜਾਂ ਬੰਨੀ ਤੂੰ ਅੰਦਰ, ਕੰਮ ਕਰ ਆਪਣਾ ਜਾ, ਤੈਨੂੰ ਰੱਖਣੇ ਨਹੀਂ ਅੱਜ ਤੋਂ ਬਾਅਦ, ਠੀਕ ਹੈ? ਉਹ ਤੂੰ ਜਾ, ਮੈਂ ਰਹਿਣਾ ਨਹੀਂ ਅੱਜ ਤੋਂ ਬਾਅਦ। ਉਹ ਕਵੇਗਾ ਕਿ ਤੈਨੂੰ ਰੱਖਣਾ, ਇਹਨੂੰ ਰੱਖ ਲਈਏ मालक भी बहुत अच्छा चो लेंदा रही। तू हुण जाना है के कट्टी, चल निकल ले। ओ यार केड़ी कट्टी करन ने आ, तू कट्टी आ ते बजी है, इधर आ इधर आ, तेनू मैं एदी गल दसां रहा। लाइक यू, चले जाओ मेरी नजरों से। आई लाइक यू टू, नो गो टू हेल, गो टू अदर तबेला। पूरा हम इसको नहीं रखेंगे आज के बाद, ठीक है? ठीक है, ओके। बोल दे आई हेट यू। सॉरी फवाद चौधरी आ गया ते चे आई हेट यू ते वेट यू, इधर नु आओ गल सुनो मेरी। कैसी दो जेबां वाली कमीज पा के आ गया अदी। चल जो जो तेरा मेरा मुकदा है ना मका, तो तू छुट्टी कर। छुट्टी तो मैं करन नूं तैयार हाँ, मैनू कदी टेंशन आ, की हो गया लोगों दी मझां मर गई, वो चोलांगे असीं। तुसीं मेरा हिसाब करो। ओ बेटे हिसाब मर के हुंदा है। ओए वो नहीं करना, तू ऐसा तो इंसान ही नहीं है, मेरा हिसाब करें। मैं बाहर तेरे झंडे लाने हैं चौधरियां दे मुंडिया, तेरा हिसाब असीं करना है, इंशाल्लाह कर लैने। तुसीं मेरा करो ना, अज ही करो। 15 दिहाड़ियां वा मेरियां, 3 किले दे पट्ठे वड्डे आ मैं, उस तो बाद 2 ओवरनाइट। अच्छा करो जवाब अज दिता है ना, तो हिसाब ही अज करो मेहरबानी। यार की मतलब तू मेरा काम है की, मैनू समझ नहीं आती पई। मेरा वड्डा पुत्र नहीं मेरे नाल इंज लड़दा जिवें तू मेरे अगे आकड़ा पे करना है। हो गया, हाँ हो गया। वड्डा पुत्र केड़ा आ गया दादा, मैं तेरे तो नाराज हाँ, आई डोंट लाइक यू, चले जाए तू। तो मैं तेन मना नहीं आया, मैं अपना हिसाब करवाण आया। मेरा गल ना कर, मैं कट्टी है, अल्लाह हाफिज। ओ तेरी कट्टी की वजह तो मेरे घर गई इसे कट्टी हो जानी है। तू अज तो बाद इतने रहना रूना कोई नहीं है, तो निकल जा बस। मेरा फुल एंड फाइनल लास्ट गल है तेन बाजी, आ सारे है गए हैं, आइयो। ਆਹ ਕਿੰਨਾ ਦੀ ਕੁੜੀ ਹੈ ਇਹ? ਪਤਾ ਨਹੀਂ ਯਾਰ, ਹੁਣ ਨਵੀਂ ਮੁਸੀਬਤ ਇਹ ਮੈਨੂੰ ਤੇਰੇ ਵੱਲ ਦੀ ਲੱਗਦੀ ਹੈ। ਇਹ ਕਿੱਥੋਂ ਲੈ ਆਇਆ ਹੁਣ? ਵਾਲੇਕੁਮ ਸਲਾਮ। ਵਾਲੇਕੁਮ ਸਲਾਮ। ਆਪਣਾ ਡੇੜਾ ਵਾ? ਇਹ ਡੇੜਾ ਨਹੀਂ ਹੁੰਦਾ ਭੈਣੇ, ਡੇਰਾ ਵਾ। ਨਹੀਂ ਉਹੀ ਆਪਣਾ ਹੀ ਆ। ਅੱਛਾ, ਕਿੰਨੀਆਂ ਮੱਝਾਂ ਵਾ ਆਪਣੇ ਕੋਲ? ਬਾਜੀ ਗੇਨ ਲੱਗ ਗਈ, ਫੇਲ ਹੋਈ ਰਿਹਾ ਸੀ। ਬਾਪ ਦਾਦਾ ਦੀ ਵੀ ਗੱਲ ਕਰ ਲੈਣੇ, ਇਹ ਮੱਝਾਂ ਵਾ ਦਸਤਾਨੇ ਨੀ, ਫੈਕਟਰੀ ਚ ਕਿੱਦਾਂ ਬਣ ਗਿਆ ਜਾਣੀ ਹੈ? ਆਪ ਹੀ ਕਹਿੰਦੇ ਰੋਜ਼ ਵੱਧਦੀਆਂ ਰਹਿੰਦੀਆਂ ਵਾ। ਨਹੀਂ ਨਹੀਂ ਇਹ ਅਲਹਮਦੁਲਿਲਾ 1 ਮਿੰਟ ਰੁਕ, 20 ਵੈਸੇ ਮੈਨੇ ਰੁਕਿਆ ਯਾਰ, ਤੂੰ ਰਹਿਣਾ ਇੱਥੇ ਕਿ ਮੈਂ? ਉਹ ਵੈਸੇ ਮੁੰਡਾ ਜ਼ਰਾ ਥੋੜ੍ਹਾ ਕਿ ਹਸਪਤਾਲੋਂ ਆਇਆ ਨਾ ਸਿੱਧਾ ਹੀ ਤੇਜ਼ ਤੋਂ। ਅੱਛਾ ਤੇ ਡੇੜਾ ਕੀੜਾ? ਇਹ ਡੇੜਾ ਨਹੀਂ, ਕੀ ਹੋ ਗਿਆ ਤੂੰ ਇਹਨੂੰ ਡੇੜਾ ਕਹੀ ਜਾਂ ਨਹੀਂ ਆ ਭੈਣੇ? ਮਹਿਮਾਨ ਹੈ ਹਮਾਰੇ, ਤਮੀਜ਼ ਸੇ ਬਾਤ ਕਰੋ। ਬੋਤਲ ਲੈ ਕੇ ਆਓ, ਮਹਿਮਾਨ ਆਏ, ਬੋਤਲ ਲੈ ਕੇ ਆਓ ਤੁਸੀਂ। ਮੈਂ ਕਿਉਂ ਲੈ ਕੇ ਆਵਾਂ ਬੋਤਲ? ਇਹ ਮੇਰਾ ਕੰਮ ਹੈ ਇੱਧਰ ਅਸਲ ਮੈਂ ਨਾ। ਅੱਛਾ ਹਾਏ, ਮੈਂ ਮਾਰਤਾ ਹੀ ਫੋਕ ਸਾਰਾ। ਕਰੋ ਗੱਲ, अब बताइए आपने क्या पूछना मुझसे? पूछी गल ते इंज करता पिया। 1 मिनट जरा मैं शेव करा ला, फिर मैं ना भी इदां ही बोलिया करेगा।
यार मैनू तो वड्डन नू पेना उस्ताद औरत आई है तो फौरी आप करे मसलन खान सामा लगा इत समझा कर पहली दफा आई कोई औरत मैं भी कहा गोहे च नवे कपड़े पा के किदा फिर सकता है तेन सिग्नल आ गए सी ना ये बदतमीज है ऐसी बातें करता रहेगा आप बताइए कैसे आना हुआ आपका और भाई की हो गए डी उर्दू ना है ओनू झाड़ है वो भी पेंडू ही है ਮੈਂ ਬੱਬਾ ਪੂਰੇ ਪਿੰਡ ਚੋਂ ਪਤਾ ਕੀਤਾ ਤੇ ਮੈਨੂੰ ਪਤਾ ਚੱਲਿਆ ਕਿ ਆ ਡੇਰਾ ਬਹੁਤ ਵਧੀਆ ਵਾ ਜੀ 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 ਇਹ ਹਮਾਰਾ ਡੇਰਾ ਹੈ ਔਰ ਅਲਹਮਦੁਲਿਲਾ 20-25 ਸਾਲ ਕੀ ਮਿਹਨਤ ਸੇ ਹਮਾਰੇ ਬਾਪ ਦਾਦਾ ਉਹਨੇ ਦੋਸਤੋਂ ਨੇ ਮਿਹਨਤ ਕਰਕੇ ਕਮ ਜ਼ਰਫ ਗਾਲਬ ਜ਼ਰਾ ਪੰਜਾਬੀ ਚ ਆ ਤੂੰ ਮੇਰਾ ਵੀਰ ਕੀ ਕਹਿੰਦੇ ਹੋ ਤੁਸੀਂ ਮੈਂ ਕਿਹਾ 20-25 ਸਾਲ ਲਾ ਕੇ ਗੋਹਾ ਇਕੱਠਾ ਕੀਤਾ ਜੀ ਸਾਰਾ ਨਹੀਂ ਨਹੀਂ ਉਹ ਇਸਨੇ ਕੀ ਹੈ ਅਸੀਂ ਜਿਹੜਾ ਇਹ ਮੱਝਾਂ ਬਣਾਈਆਂ ਮੈਨੂੰ ਲੱਗਾ ਮੱਝਾਂ ਨੇ ਕੀਤਾ ਗੋਹਾ ਇਹ ਗੋਹਾ ਇਹਦਾ ਸਦਕਾ ਹੈ ਅਸੀਂ ਆਪਣੇ ਕਾਮੇ ਦਾ ਵੀ ਸਦਕਾ ਲਾਨੇ ਅੱਛਾ ਫੇਰ ਸਹੀ ਆ ਤੇ ਕਿਹੜੇ ਕਿਹੜੇ ਸ਼ਹਿਰ ਦੇ ਮੈਨੂੰ ਪਿੰਡ 'ਚ ਪਤਾ ਚੱਲਿਆ ਤੁਸੀਂ ਨਾ ਮੁਖਤਲਿਫ ਸ਼ਹਿਰਾਂ ਦੀਆਂ ਮੱਝਾਂ ਲੈ ਕੇ ਆਏ ਹੋ ਕਿਹੜੇ ਕਿਹੜੇ ਸ਼ਹਿਰ ਦੀ ਆ ਰੁਕੋ ਮੈਂ ਸ਼ਨਾਖਤੀ ਕਾਰਡ ਲਿਆ ਵਾਂ ਮੱਝਾਂ ਦੇ ਕਿਹੜੇ ਕਿਹੜੇ ਸ਼ਹਿਰ ਦੀ ਹੁਣ ਕਿੱਦਾਂ ਸਾਨੂੰ ਕੀ ਪਤਾ ਪਿੰਡ ਵਾਲੇ ਕਹਿੰਦੇ ਆ ਕਿ ਇਹਨਾਂ ਨੇ ਮੁਖਤਲਿਫ ਸ਼ਹਿਰ ਦੇ ਵਿੱਚ ਮੱਝਾਂ ਇਕੱਠੀਆਂ ਕੀਤੀਆਂ ਤਦ ਕਰਕੇ ਪੁੱਛਿਆ ਮੱਝ ਮਾਝੀ ਹੁੰਦੀ ਹੈ ਜਿਹੜੇ ਮਰਜ਼ੀ ਸ਼ਹਿਰ ਦੀ ਹੋਵੇ ਅਸਲ ਵਿੱਚ ਨਾ ਇਹਦਾ ਅੱਜ ਲਾਸਟ ਡੇ ਵੇ ਤੇ ਇਹਨੂੰ ਕੱਢ ਰਹੇ ਹਾਂ ਅਸੀਂ ਤੇ ਬੇਫਿਕਰ ਵੋ ਅੱਜ ਦਰਅਸਲ ਬਦਤਮੀਜ਼ੀ ਕਰੇਗਾ ਤੁਸੀਂ ਦੱਸੋ ਇਹ ਮੱਝਾਂ ਮੁਖਤਲਿਫ ਮੁਲਕਾਂ ਮੁਖਤਲਿਫ ਸ਼ਹਿਰਾਂ ਤੋਂ ਇਕੱਠੀਆਂ ਕੀਤੀਆਂ ਨੇ ਤੇ ਅੱਜ ਇਨਸ਼ਾਅੱਲਾ ਇਹਨਾਂ ਦੇ ਸਾਹਮਣੇ ਤਕਰੀਰ ਕਰਨਗੇ ਕਿਉਂਕਿ ਬੜੀ ਬੜੀ ਦੂਰੋਂ ਮੱਝ ਆਈ ਹੈ ਇਹਨਾਂ ਦੀ ਗੱਲਬਾਤ ਸੁਣਨ ਕਦੋਂ ਇਕੱਠੀਆਂ ਕੀਤੀਆਂ ਵਾ ਬਹੁਤ ਬਦਤਮੀਜ਼ ਹੈ ਆਪਣੇ ਨਾ ਇਹਦਾ ਇਹਦਾ ਬੁਰਾ ਨਹੀਂ ਮਨਾਉਣਾ ਤੈਨੂੰ ਤੇ ਤਮਗਾ ਤਮੀਜ਼ ਦਿੱਤਾ ਨਾ ਲੋਕਾਂ ਨੇ ਉਹ ਜਿਹੜੀ ਮੱਝ ਆ ਉਹ ਕਿਹੜੇ ਮੁਲਕ ਦੀ ਆ ਓਲੀ ਵੈਸਟ ਇੰਡੀਜ਼ ਦੀ ਉਹਦਾ ਰੰਗ ਨਹੀਂ ਦੇਖ ਰਹੀ ਹਾਂ ਮੈਨੂੰ ਵੀ ਇਹੀ ਲੱਗਾ ਸੀ ਤੇ ਉਹ ਜਿਹੜੀ ਪੜਲੀ ਆ ਮੱਝ ਹੈ ਉਹ ਲਈ ਮੱਝ ਹਾਂਜੀ ਇਹ ਉਹਦੀ ਖਾਲਾਂ ਦੀ ਧੀਆ ਮਿਲਣ ਆਈ ਆ ਉਹਨੂੰ ਕੀ ਹੋ ਗਿਆ ਮੱਝ ਬੱਝ ਤੁਹਾਨੂੰ ਚਾਹੀਦਾ ਕੀ ਆ ਇੱਕ ਥੋੜਾ ਸਾਡੇ ਕੋ ਪਾਗਲ ਖੜਾ ਵਾ ਦੂਸਰਾ ਤੂੰ ਆ ਗਈ ਵੀਰੇ ਅੱਛੇ ਮੁਲਕ ਦੀ ਅੱਛੀ ਮੱਝ ਦਾ ਦੁੱਧ ਮੈਂ ਲੈਣ ਆਈ ਆ ਤੈਨੂੰ ਟਰੰਪ ਦੀ ਮੱਝ ਦਾ ਲੈ ਦਈਏ ਦੁੱਧ ਕੀ ਹੋ ਗਈ ਤੂੰ ਹੀ ਕਰ ਇਹਨਾਂ ਗੱਲ ਮੈਂ ਤੈਨੂੰ ਪਹਿਲੇ ਕਹਿ ਰਿਹਾ ਸੀ ਮੈਨੂੰ ਗੱਲ ਕਰਨ ਦੇ ਇਹ ਅਨਪੜ੍ਹ ਲੋਕ ਬਦਤਮੀਜ਼ ਲੋਕ ਨੀਚ ਜ਼ਾਤ ਕੇ ਕੰਮ ਹੈ ਅੱਜ ਇੱਥੇ ਕੰਮ ਕਰਕੇ ਤੇ ਮਤਲਬ ਮਹਿਮਾਨਾਂ ਨਾਲ ਪਤਾ ਹੀ ਨਹੀਂ ਆਇਆ ਗੱਲ ਕਿਵੇਂ ਕਰਨੀ ਹੈ ਤੂੰ ਤੇ ਰੁਸਤੂ ਦੀ ਲੜੀ 'ਚੋਂ ਹੈ ਨਾ ਮੈਂ ਕੰਮ ਜ਼ਾਤਾਂ ਤੇ ਦੇਖੋ ਨਾ ਜ਼ਬਾਨ ਚੱਲਦੀ ਰਹੇਗੀ ਠੀਕ ਹੈ ਇਹਨੂੰ ਸਾਰੀਆਂ ਮੱਝਾਂ ਦੀ ਵੀ ਦਰਅਸਲ ਨਾ ਬਦਦੁਆ ਹੈ ਤੁਸੀਂ ਨਹੀਂ ਮੱਝਾਂ ਦੀ ਬਦਦੁਆ ਪੂੰਛ ਚੁੱਕ ਦਿੰਦੀਆਂ ਮੈਨੂੰ ਝੋਲੀ ਤੇ ਹੈ ਨਹੀਂ ਉਹਨਾਂ ਦੀ ਐਡੀ ਕਿਹੜੀ ਦਾਸੀ ਹੈ ਮੱਝਾਂ ਦੇ ਚਾਰੇ ਪਾਵਿਆਂ ਦੀ ਲਾਨਤ ਆਪ ਬਤਾਏ ਆਪਕੋ ਚਾਹੀਏ ਕਿਆ ਕਿਹੜੇ ਕੰਮ ਆਇਓ ਤੁਸੀਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਨਾ ਆਸਟ੍ਰੇਲੀਆ ਦੀ ਮੱਝ ਉਹ ਮੈਨੂੰ ਪਹਿਲੇ ਦਿਖਾਓ ਬਾਜੀ ਉਹ ਗਈ ਆ ਮੈਚ ਖੇਡਣ ਗਈ ਆ ਕੀ ਆਸਟ੍ਰੇਲੀਆ ਦੀ ਮੱਝ ਦਾ ਕੀ ਆ ਤੈਨੂੰ ਡਾਕਟਰ ਨੇ ਦੱਸਿਆ ਆਸਟ੍ਰੇਲੀਆ ਦੀ ਮੱਝ ਦਾ ਦੁੱਧ ਇੱਥੇ ਦੇ ਮਾਲਕ ਨੇ ਕਿਹਾ ਮੁਖਤਲਿਫ ਮੁਲਕਾਂ ਦੇ ਵਿੱਚੋਂ ਵੀ ਆਈਆਂ ਵਾ ਅੱਛਾ ਤੁਸੀਂ ਹੀ ਹੋ ਮਾਲਕ ਹਾਂ ਹਾਂ ਮੈਂ ਆਇਆ ਆਪਕੋ ਪਰ ਤੁਸੀਂ ਕਰਨਾ ਕੀ ਹੈ ਦੁੱਧ ਦੁੱਧ ਦੀ ਰੋਹ ਬਣਾਉਣੀ ਉਹਨਾਂ ਨੇ ਚਾਹ ਹੀ ਬਣਾਉਣੀ ਆ ਕਿਸੇ ਨੂੰ ਪਿਉਣਾ ਹੀ ਹੋਣਾ ਕੀ ਕਰਨਾ ਉਹਨਾਂ ਨੇ ਲੇਕਿਨ ਆਸਟ੍ਰੇਲੀਆ ਦੀ ਦੁੱਧ ਹੀ ਕਿਉਂ ਮੱਝ ਨਾ ਸੋਹਣੀ ਹੋਣੀ ਚਾਹੀਦੀ ਆ ਕੀ ਹੁਣ ਮੇਕਅਪ ਕਰਕੇ ਚੋੜ ਲਈਏ ਸੋਹਣੀ ਕੀ ਹਾਏ ਇਹ ਨਹੀਂ ਮੈਂ ਕਹਿ ਰਹੀ ਕੀ ਫੈਸ਼ਨ ਸ਼ੋਅ 'ਚ ਜਾਣਾ ਤੁਸੀਂ ਮੱਝ ਨੂੰ ਲੈ ਕੇ ਜਾਂ ਦੁੱਧ ਨੂੰ ਅੱਛਾ ਮੈਨੂੰ ਦੱਸੋ ਬੂਰੀ ਰੰਗ ਦੀ ਮੱਝ ਹਾਂ ਉਹ ਆਸਟ੍ਰੇਲੀਆ ਦੀ ਲੱਗਦੀ ਜਿਹੜੀ ਬੂਰੀ ਆ ਤੁਹਾਡੇ ਕੋਲ ਨਹੀਂ ਉਹ ਆਹ ਆਹ ਹੋਈ ਓਏ ਮਾਮੂ ਕਾਂ ਜਾਂਦੀ ਆ ਉਹ ਚੂ ਤਨਖਾਹ ਤੇਰੀ ਵਧਾ ਦੇਵਾਂਗਾ ਅੱਜ ਕੰਮ ਕਰ ਲੈ ਤੈਨੂੰ ਮਿਲ ਜਾਏਗਾ ਦੁੱਧ ਬੇਫਿਕਰ ਰਹੋ ਚੱਲ ਕੰਮ ਕਰ ਅੱਛਾ ਚੱਲ ਓਏ ਦੁੱਧ ਲੈ ਕੇ ਆ ਹੋਰਾ ਕੀ ਰੇਟ ਆ ਕਿੰਨੇ ਰੁਪਏ ਕਿਲੋ ਦੇ ਰਹੇ ਤੁਸੀਂ ਦੁੱਧ ਕਿਹੜਾ ਉਹ ਬੁਰੀ ਦਾ ਤੁਹਾਡੇ ਵਾਸਤੇ ਫ੍ਰੀ ਹੈ ਤੁਸੀਂ ਬੇਫਿਕਰ ਹੋ ਪੈਸਿਆਂ ਦੀ ਕਿਹੜੀ ਉਹ ਕੀ ਫ੍ਰੀ ਕੋਈ ਫ੍ਰੀ ਫਰੂ ਨਹੀਂ ਹੈ ਕੀ ਹੋ ਗਿਆ ਸਲਾਬ ਜ਼ਦਗਾਨ ਚੋਂ ਆਈ ਹੈ ਤੈਨੂੰ ਫ੍ਰੀ ਦੇਣਾ ਸੀ ਪੁੱਛ ਰਹੀ ਹਾਂ ਤੇਰਾ ਘਰ ਡਿੱਗ ਗਿਆ ਜ਼ਲਜ਼ਲੇ 'ਚ ਤੈਨੂੰ ਫ੍ਰੀ ਦੁੱਧ ਦੇਣਾ ਸੀ ਦੱਸੋ ਰੇਟ ਰੇਟ ਤੁਹਾਨੂੰ ਉਹ ਬੁਰੀ ਦੇ ਕੀ ਹੋ ਗਿਆ ਤੇਰੀ ਫੁੱਫੀ ਦਿੱਤੀ ਆ 60-70 ਰੁਪਏ ਉਹਨੂੰ ਦੇਣਾ ਬਾਜੀ 150 ਰੁਪਇਆ ਚੁਵਾਵਾਂ ਫਰੈਸ਼ ਦੁੱਧ ਤੁਹਾਡੀਆਂ ਅੱਖਾਂ ਦੇ ਸਾਹਮਣੇ ਚੋਵਾਂਗੇ ਕੋਈ ਮਿਲਾਵਟ ਨਹੀਂ ਜੇ ਕਹੋਗੇ ਤੇ ਤੁਹਾਡੇ ਘਰ ਵੀ ਦੇ ਆਵਾਂਗੇ ਅਸੀਂ ਤੇ ਪੈਸੇ ਜਦੋਂ ਮਰਜ਼ੀ ਦੇ ਦਿਆਂ ਨਹੀਂ ਜਦੋਂ ਮਰਜ਼ੀ ਕਾਦੀ ਦੇ ਦਿਆਂ ਜੀ ਉਹ ਪੱਠੇ ਕਿੱਥੋਂ ਧਾਰ ਲੈ ਕੇ ਪਾਉਣੇ ਆ ਓ ਯਾਰ ਮੈਂ ਤੇਰੀ ਆਪਣਾ ਤਨਖਾਹ ਲੈ ਲੈਂ ਮੈਂ ਕੋਈ 6 ਮਹੀਨਿਆਂ ਦੀ ਇਕੱਠੀ ਕੀ ਹੋ ਗਈ ਤੁਸੀਂ ਦੱਸੋ ਤੁਸੀਂ ਦੁੱਧ ਬੇਫਿਕਰ ਮੱਝ ਆਸਟ੍ਰੇਲੀਆ ਦੀ ਹੀ ਹੋਵੇ ਤੁਹਾਨੂੰ ਨਾਲ ਨਾ ਇੱਕ ਪੇਪਰ ਵੀ ਆ ਜਾਇਆ ਕਰੇਗਾ ਉਸ ਦੁੱਧ ਦੇ ਜੇ ਤੇ ਉਹਦਾ ਸਾਰਾ ਬਾਇਓਡੇਟਾ ਉਹਦਾ ਬੇਫਾਰਮ ਹੋਏਗਾ ਕੀ ਹੋ ਗਿਆ ਭੈਣੇ ਅਸੀਂ ਤੈਨੂੰ ਆਸਟ੍ਰੇਲੀਆ ਦਾ ਹੀ ਦਾਂਗੇ ਰੁਕ ਜਾ ਤੁਸੀਂ ਨਾ ਰੋਜ਼ ਘਰ ਪਹੁੰਚਾਇਆ ਕਰਨਾ ਬੇਫਿਕਰ ਰਹੋ ਤੁਸੀਂ ਕਰ ਦੱਸੋ ਕਿੱਥੇ ਮੈਂ ਆਪ ਆ ਜਾਵਾਂਗਾ ਯਾਰ ਤੂੰ 2 ਮਿੰਟ ਖਲੋ ਜਾ ਇੱਧਰ ਆ ਆਪ ਤੇ ਤੂੰ ਕਦੀ ਵੰਡਾ ਲੈਣ ਨਹੀਂ ਗਿਆ ਹੁਣ ਦੁੱਧ ਦੇਣ ਮਸਲਨ ਕਿੱਧਰ ਜਾ ਰਹੇ ਹੋ ਤੁਸੀਂ ਦੱਸੋ ਕਰ ਦੱਸੋ ਬਿਸਮਿਲ੍ਲਾ ਬਸ ਤੁਸੀਂ ਮੈਨੂੰ ਇਹ ਦੱਸ ਦਿਓ ਤੁਹਾਨੂੰ ਚਾਹੀਦਾ ਕਿੰਨਾ
ਚਾਹੀਦਾ ਕਿੰਨਾ ਮੈਨੂੰ ਤੇ ਮੈਂ ਦੱਸ ਦਵਾਂ ਮੇਰੇ ਘਰ ਚ ਕਿੰਨੇ ਜੀ ਆ ਜੀ ਤੁਸੀਂ ਜਾਓ ਮੈਂ ਦੱਸਦਾ ਕਿੰਨੇ ਲੋਕ ਤੁਸੀਂ ਇੱਥੋਂ ਨਿਕਲੋ 12 ਜੀ ਆ ਸਾਡੇ 12 ਜੀ ਅਰੇ ਸਾਰੇ ਮੇਰੇ ਆਪਣੇ ਨੇ ਬੇਫਿਕਰ ਰਹੋ ਇਧਰ ਨੂੰ ਜਾ ਭਾਈ 12 ਜੀ ਬਾਜੀ ਅੱਜ ਤੱਕ ਤੇ 2 ਹੀ 5G ਆ ਲੇਕਿਨ ਸਾਡੇ 12 ਜੀ ਆ ਮਾਸ਼ਾਅੱਲਾ ਅੱਲਾ ਪਾ ਕੇ ਇੱਕ ਦੋ ਹੋਰ ਵਧਾਵੇ ਉਹ ਤੇ ਨਹੀਂ ਪਰੇਸ਼ਾਨੀ ਤੁਸੀਂ ਦੁੱਧ ਦੱਸੋ ਕਿੰਨਾ ਚਾਹੀਦਾ ਤੁਹਾਨੂੰ ਮੈਂ ਤੁਸੀਂ ਸਵੇਰ ਕਿੰਨੇ ਵਜੇ ਮੱਝਾਂ ਚੋਂਦੇ ਹੋ ਕਿਉਂ ਬਾਜੀ ਤੁਸੀਂ ਚਾਹ ਬਣਾ ਕੇ ਲਿਆਉਣੀ ਸਾਡੇ ਲਈ ਨਹੀਂ ਮੈਂ ਦੱਸਦਾ ਨਾ ਕਿੰਨੇ ਵਜੇ ਸਾਨੂੰ ਚਾਹੀਦਾ ਹੁੰਦਾ ਵਾ ਅਸੀਂ ਦੁੱਧ ਤੇ 3 ਵਜੇ ਸ਼ੁਰੂ ਕਰ ਦਿੰਨੇ ਆ ਚੋਣਾ ਅੱਛਾ ਚਲੋ ਤੁਸੀਂ 2 ਵਜੇ ਮੇਰੇ ਘਰ ਦੇ ਦਿਆ ਕਰਨਾ ਠੀਕ ਆ 3 ਵਜੇ ਚੋਣਾ ਸ਼ੁਰੂ ਕਰੀਏ ਤੇ 2 ਵਜੇ ਦੁਪਹਿਰ ਦੇ ਨਹੀਂ ਹਾਂ ਰਾਤ ਨੂੰ ਹੀ ਬਾਜੀ ਕਿਹੜੀ ਏਡੀ ਲੇਟ ਨਾਈਟ ਪਾਰਟੀ ਚਾਹ ਦੀ ਕਰਨੀ ਤੁਸੀਂ ਜੀ ਤੁਸੀਂ 3 ਵਜੇ ਚੋ ਸਕਦੇ ਹੋ ਉਦੋਂ 2 ਵਜੇ ਚੋ ਲੈਣਾ ਕੀ ਫਰਕ ਪੈਂਦਾ 1 ਘੰਟੇ ਦਾ ਬੜਾ ਫਰਕ ਪੈ ਜਾਂਦਾ ਵਾ ਤੁਹਾਨੂੰ ਅਸੀਂ 4 ਵਜੇ ਦੇ ਦਿਆ ਕਰੇਗਾ ਉਹ ਹੀ ਦੇ ਕੇ ਆਏਗਾ ਨਾ ਮੇਰੀ ਦਾਦੀ ਚਾਹ ਪੀਂਦੀ ਆ 2 ਵਜੇ ਤੇ ਮੈਂ ਕਿਹੜਾ ਗਿਆ ਉਹਨੂੰ ਮਣਾ ਵਾ ਮੇਰੀ ਆਪਣੀ ਦਾਦੀ ਪੀਂਦੀ ਆ ਮੇਰਾ ਚਾਚਾ ਪੀਂਦਾ ਵਾ ਇਹ ਨਹੀਂ ਮਸਲਾ ਪਰ ਯਾਦ ਨਾ ਇੱਕ ਹੋਰ ਕੰਮ ਕਰਨਾ ਵੀਰੇ ਕੀ ਪੱਤੀ ਤੇ ਚੀਨੀ ਲਾਜ਼ਮੀ ਨਾਲ ਲੈ ਕੇ ਆਣੀ ਆ ਇਹ ਤੋਂ ਬਗੈਰ ਚਾਹ ਨਹੀਂ ਬਣਨੀ ਕੀ ਤੁਹਾਨੂੰ ਮਸਲਨ ਕਿ ਇਹ ਆਫਰ ਆ ਸਾਡੇ ਡੇਰੇ ਦੀ ਤੁਹਾਨੂੰ ਦੁੱਧ ਤੇ ਚੀਨੀ ਤੇ ਪੱਤੀ ਨਾਲ ਦੇ ਕੇ ਆਈਏ ਮੇਰੀ ਚੰਗੀ ਲੱਗੂਗੀ ਮੈਂ ਕੁੜੀ ਹੋ ਕੇ ਰਾਤ 2 ਵਜੇ ਲੈਣ ਜਾਵਾਂ ਦੁਕਾਨ ਤੇ ਚੀਨੀ ਤੇ ਪੱਤੀ ਤੇ ਕੁੜੀ ਨੂੰ 6 ਵਜੇ ਤਾਲਾ ਲਾ ਦਿੰਦੇ ਆ 6 ਵਜੇ ਲੈ ਆਵੇ ਦਿਨ ਟਾਈਮ ਅੱਛਾ ਕਦੀ ਨਹੀਂ ਵੀ ਹੁੰਦੀ ਬੰਦਾ ਕਹਿ ਦਿੰਦਾ ਤੇ ਲੈ ਆ ਕਰੀ ਉਹ ਆਪੀ ਉਹ ਕਰ ਲਾਂਗੇ ਚਲ 5 ਵਜੇ ਹੀ ਲੈ ਆਈ ਦੁੱਧ ਲੇਕਿਨ ਨਾ ਉਹ ਬਾਲ ਕੇ ਲੈ ਕੇ ਆਣਾ ਵਾ ਬਾਜੀ ਦੁਨੀਆ ਤੇ ਹਜੇ ਐਸਾ ਕੋਈ ਦੁਕਾਨਦਾਰ ਨਹੀਂ ਆਇਆ ਤੇ ਕੋਈ ਐਸਾ ਗਾਹਕ ਨਹੀਂ ਆਇਆ ਜਿਹੜਾ ਉਬਾਲ ਕੇ ਲਵੇ ਕਿਸੇ ਕੋਲੋਂ ਦੁੱਧ ਮੈਂ ਤੇਰੀ ਨੋ ਨਹੀਂਗੀ ਜਿਹੜਾ ਮੈਂ ਤੈਨੂੰ ਉਬਾਲ ਕੇ ਦੁੱਧ ਦੇਆਂ ਇਹ ਸਹੂਲਤ ਹੋਣੀ ਚਾਹੀਦੀ ਆ ਨਾ ਤੇ ਸਹੂਲਤ ਤੂੰ daraz.com ਤੋਂ ਦੁੱਧ ਮੰਗਾ ਰਹੀ ਲੈ ਉਬਾਲ ਕੇ ਦਾਂ ਤੈਨੂੰ ਮੈਂ ਵੀ ਤੇ 2 ਘੰਟੇ ਦੇਖ ਜ਼ਰਾ ਵੇਟ ਕਰਨਾ ਹੀ ਆ 3 ਵਜੇ ਤੁਸੀਂ ਮੱਝ ਚੋਣੀ 5 ਵਜੇ ਤੁਸੀਂ ਦੁੱਧ ਪਹੁੰਚਾਣਾ ਕੀ ਤੂੰ ਕੰਮ ਤੇ ਜਾਂਦੀ ਆ ਮੇਰੀ ਭੈਣ ਤੂੰ ਵੇਟ ਕਾਤੋਂ ਕਰਨਾ ਤੂੰ ਆ ਜਾਈ 3 ਵਜੇ ਆ ਕੇ ਆਪ ਲੈ ਜਾਈ ਅੱਛਾ ਤੂੰ ਨਾ ਬੋਇਲ ਕਰਨ ਤੋਂ ਬਾਅਦ ਇੱਕ ਗੱਲ ਯਾਦ ਰੱਖਣੀ ਕੀ ਮਲਾਈ ਵੀ ਉਹਦੀ ਲਾ ਕੇ ਨਾ ਫੇਰ ਲੈ ਕੇ ਆਣਾ ਨਹੀਂ ਉਬਾਲਣਾ ਹੀ ਨਹੀਂ ਮੈਂ ਤੇ ਤੁਹਾਨੂੰ ਮਲਾਈ ਕਿੱਥੋਂ ਲਾ ਕੇ ਦੇ ਦੇਵਾਂ ਅੱਛਾ ਚੱਲ ਮੈਂ ਆਪੇ ਸਾਰਾ ਕੰਮ ਕਰ ਲਾਂਗੀ ਤੇ ਤੂੰ ਨਾ ਰੋਜ਼ ਤੈਨੂੰ ਪਤਾ ਨਾ ਸਾਡੇ 12 ਜੀ ਕਿੰਨਾ ਦੁੱਧ ਲੈ ਕੇ ਆਣਾ 2 ਕਿਲੋ 3 ਕਿਲੋ ਕਿੰਨਾ ਬਾਜੀ ਅਸਲਾਮੁਅਲੈਕੁਮ ਵਾਲੇਕੁਮ ਮੈਂ ਛੱਡਾਂ ਜਾਂ ਤੋ ਤੁਹਾਡੇ ਘਰ ਓਏ ਐਡਾ ਸਪੀਡੋ ਬੱਸ ਬਣਿਆ ਤੂੰ ਤੁਸੀਂ ਤੁਹਾਨੂੰ ਇਹਨੇ ਤੰਗ ਨਹੀਂ ਕੀਤਾ ਜ਼ਿਆਦਾ ਨਹੀਂ ਨਹੀਂ ਤੰਗ ਨਹੀਂ ਕੀਤਾ ਕਿੰਨਾ ਦੁੱਧ ਛੱਡ ਕੇ ਆਏ ਮੈਂ ਪੂਰਾ 10 ਕਿਲੋ ਆਰਾਮ ਨਾਲ ਤੁਹਾਡੀ ਗੱਡੀ 'ਚ ਵੀ ਰਖਾਤਾ ਹੈ ਫਿਰ ਗੱਡੀ ਵਾਲੇ ਨੂੰ ਤੁਹਾਡੇ ਘਰ ਦਾ ਰਾਹ ਪਤਾ ਹੀ ਮੈਂ ਕਿਹਾ ਛੱਡ ਹੀ ਆਈਏ ਜਦੋਂ ਦੁੱਧ ਰਖਾਈ ਦਿੱਤਾ ਤਾਂ ਫਿਰ ਜਲਦੀ ਜਲਦੀ ਹੋ ਕੇ ਆ ਗਏ ਹਾਂਜੀ ਤੇ ਪਾਈਆ ਦੁੱਧ ਦੀ ਬਾਂਦ ਲਵਾਣੀ ਸੀ